ਪਹੁੰਚੀ ਹੋਈ ਨੇ ਰੂਹ ਆਈਆਂ ਜਿਨ੍ਹਾਂ ਨੂੰ ਤੁਸੀਂ ਵਰਕਰ ਕਹਿੰਦੇ ਮੈਨੂੰ ਇਹਨਾਂ 'ਚ ਇੱਕ ਰੂਹ ਦਿਸਦੀ ਆ ਜਿਹੜੀ ਰੂਹ ਨੇ ਰਾਤ ਸੌਣ ਤੋਂ ਪਹਿਲਾਂ ਅਰਦਾਸ ਕੀਤੀ ਸਵੇਰੇ ਉੱਠ ਕੇ ਨਿਤਨੇਮ ਕੀਤਾ ਅਤੇ ਅਰਦਾਸ ਇਹਨਾਂ ਦੀ ਅਰਦਾਸ ਅਤੇ ਅਸੀਸ ਦੇ ਸਦਕੇ ਸਿਮਰਜੀਤ ਸਿੰਘ ਦੀ ਰਿਹਾਈ ਅਤੇ ਜੇ ਮੈਂ ਕਹਾਂ ਮੇਰੇ ਕੋਲ ਮੈਂ ਸਿਰ ਝੁਕਾ ਕੇ ਸਾਰੀ ਸੰਗਤ ਆਪਣੇ ਸਮੁੱਚੇ ਪਰਿਵਾਰ ਵੱਲੋਂ ਮਨ ਦੀਆਂ ਗਹਿਰਾਈਆਂ 'ਚੋਂ ਮੇਰੇ ਕੋਲ ਕੋਈ ਸ਼ਬਦ ਨਹੀਂ ਜਿਨ੍ਹਾਂ ਨਾਲ ਧੰਨਵਾਦ ਕਰਾਂ ਧੰਨਵਾਦ ਅਤੇ ਹੁਣ ਜਿਹੜੇ ਆਏ ਆ ਕਿਸੇ ਨੂੰ ਪੁੱਛ ਕੇ ਦੇਖੀਏ ਕੌਣ ਆਏ ਸਰਗਰਮੀਆਂ ਜਿਹੜੀਆਂ ਪਾਰਟੀ ਦੀਆਂ ਅੱਜ ਜਿਹੜਾ ਗਰੀਬ ਆ ਨਾ ਉਹ ਆਪਣੇ ਆਪ ਨੂੰ ਲਵਾਰਸ ਹੋਇਆ ਸਮਝਦਾ ਅਤੇ ਇਸ ਕਰਕੇ ਜਦੋਂ ਬਾਹਰ ਆ ਗਏ ਹਾਂਜੀ 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 ਅੱਜ ਸਿਮਰਜੀਤ ਦੇ ਪੇਜ 'ਤੇ ਇੱਕ ਧਮਕੀ ਆਈ ਆ ਵੀ ਹੁਣ ਤੂੰ ਜੇਲ੍ਹ ਤੋਂ ਬਾਹਰ ਆ ਜਾਣਾ ਅਤੇ ਬਾਹਰ ਆ ਕੇ ਦੇਖਾਂਗੇ ਤੇਰੀ ਕੌਣ ਰਾਖੀ ਕਰੂੰਗਾ ਅਤੇ ਅਸੀਂ ਵੱਡੇ ਵੱਡੇ ਬੰਦਿਆਂ ਦੀ ਪਰਵਾਹ ਵੀਰ ਜੀ ਅਸੀਂ ਚਿੱਟੇ ਦੇ ਖਿਲਾਫ ਲੜਾਈ ਲੜੀ ਹੈ ਅਸੀਂ ਪੰਜਾਬ ਦੇ ਨੌਜਵਾਨ ਦੀ ਲੜਾਈ ਲੜੀ ਹੈ ਅਸੀਂ ਪੰਜਾਬ ਦੇ ਪਾਣੀਆਂ ਦੀ ਲੜਾਈ ਲੜੀ ਹੈ ਅਤੇ ਹੁਣ ਤਾਂ ਇੱਦਾਂ ਲੱਗਦਾ ਵੀ ਉਹ ਜਿਹੜਾ ਗਾਣਾ ਗਾਇਆ ਸੀ ਨਾ ਵੀ ਪੱਤਾ ਪੱਤਾ ਸਿੰਘਾਂ ਦਾ ਵੈਰੀ ਉਹ ਹਾਲ ਹੋਇਆ ਖੜਾ ਅਤੇ ਕੋਈ ਗੱਲ ਨਹੀਂ ਮੈਂ ਜਿਹੜੇ ਸੱਜਣ ਮੈਸੇਜ ਭੇਜਦੇ ਹੈ ਦੂਜੇ ਨੰਬਰ 'ਤੇ ਸਰਕਾਰ ਨੂੰ ਕਹਿਣਾ ਚਾਹੁੰਦਾ ਵੀ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਕੇ ਰੱਖਣਾ ਸਰਕਾਰ ਦੀ ਡਿਊਟੀ ਹੁੰਦੀ ਹੈ ਅਤੇ ਮੈਂ ਸਵੇਰੇ ਸਭ ਤੋਂ ਪਹਿਲਾਂ ਜਦੋਂ ਮੈਨੂੰ ਉਹ ਮਿਲਿਆ ਧਮਕੀ ਭਰਿਆ ਮੈਸੇਜ ਤਾਂ ਮੈਂ ਸਭ ਤੋਂ ਪਹਿਲਾਂ ਸੀ ਪੀ ਸਾਹਿਬ ਨੂੰ ਕਾਲ ਉੱਥੋਂ ਕਾਲ ਬੈਕ ਸਾਹਿਬ ਵੀ ਆਏ ਕਹਿੰਦੇ ਅਸੀਂ ਹੁਣ ਇੱਥੋਂ ਕੀ ਕਰਦੇ ਹਾਂ ਪਰ ਮੈਂ ਇਹ ਗੱਲ ਸਰਕਾਰ ਨੂੰ ਜ਼ਰੂਰ ਕਹਿਣਾ ਚਾਹੁੰਦਾ ਕਿ ਮੇਰੇ ਪਰਿਵਾਰ ਦੇ ਕਿਸੇ ਵੀ ਮੈਂਬਰ ਦੇ ਆ ਜਿੰਨੇ ਖੜ੍ਹੇ ਆ ਜੀ ਮੇਰਾ ਪਰਿਵਾਰ ਆ ਕਿਸੇ ਵੀ ਮੈਂਬਰ ਦੇ ਝਰੀਟ ਆਈ ਸਰਕਾਰ ਦੀ ਜ਼ਿੰਮੇਵਾਰੀ ਛੋਟੇ ਵੀਰ ਪਾਰਲੀਮੈਂਟ ਤੋਂ ਪਹਿਲਾਂ ਚੋਣ ਆਉਣ ਵਾਲੀ ਹੈ ਸ਼ਾਇਦ ਤੁਹਾਨੂੰ ਪਤਾ ਨਹੀਂ ਜਿਮਨੀ ਚੋਣ ਤੋਂ ਵੀ ਪਹਿਲਾਂ ਚੋਣ ਆਉਣ ਵਾਲੀ ਆ ਜੇ ਸਰਕਾਰ ਕਰਾ ਦੇਵੇ ਤਾਂ ਕਾਰਪੋਰੇਸ਼ਨ ਦੀਆਂ ਚੋਣਾਂ ਪਹਿਲਾਂ ਆਉਣ ਵਾਲੀਆਂ ਨੇ ਜਿਹੜੀਆਂ ਨੈਕ 'ਤੇ ਹੀ ਨੇ ਐਨ ਕੰਢੇ 'ਤੇ ਆ ਅਤੇ ਪਰ ਲੱਗਦਾ ਆ ਵੀ ਬਸ ਦੀ ਗੱਲ ਨਹੀਂ ਲੱਗਦੀ ਜਿੰਨੀ ਚੋਣ ਵੀ ਆਊਗੀ ਪਾਰਲੀਮੈਂਟ ਵੀ ਆਊਗੀ ਕਾਰਪੋਰੇਸ਼ਨ ਵੀ ਆਊਗੀ ਮੇਰੇ ਵੀਰ ਇੰਨੇ ਸੱਜਣ ਘਿਓ ਖਾ ਕੇ ਅਰਦਾਸਾਂ ਕਰਕੇ ਘਰੋਂ ਤੁਰੇ ਆ ਸੈਕੜੇ ਮੀਲ ਦਾ ਸਫ਼ਰ ਤੈਅ ਕਰਕੇ ਆਏ ਆ ਇਹ ਵੀ ਇੱਕ ਸੁਨੇਹਾ ਹੀ ਲੈ ਕੇ ਆਏ ਆ ਨਾ ਵੀ ਹਾਂ ਚੋਣ ਲੜਾਂਗੇ ਅਤੇ ਸੱਚ ਦੀ ਲੜਾਈ 'ਚ ਕਦੇ ਪਿੱਛੇ ਨਹੀਂ ਇਹ ਅਜੇ ਸਮੇਂ ਤੋਂ ਪਹਿਲਾਂ ਦੀ ਗੱਲ ਆ ਪ੍ਰਧਾਨ ਜੀ ਨੂੰ ਬਾਹਰ ਆ ਜਾਣ ਦਿਓ ਚਾਹੇ ਉਹ ਮੇਰੇ ਨਾਲੋਂ ਛੋਟਾ ਮੇਰਾ ਭਰਾ ਆ ਪਰ ਆਫਟਰ ਆਲ ਪਾਰਟੀ ਦਾ ਪ੍ਰਧਾਨ ਆ ਫੈਸਲਾ ਸਾਰੀ ਪਾਰਟੀ ਨੇ ਨਾ ਮੈਂ ਇਕੱਲਾ ਕੁਛ ਕਹਿ ਸਕਦਾ ਨਾ ਉਹ ਇਕੱਲੇ ਕੁਛ ਕਹਿ ਸਕਦਾ ਬਾਹਰ ਆਵਾਂਗੇ ਆਪਾਂ ਪਾਰਟੀ ਦੀ ਮੀਟਿੰਗ ਸੱਦਾਂਗੇ ਅਤੇ ਫਿਰ ਮੈਂ ਇੱਕ ਬੇਨਤੀ ਕਰਾਂ ਆਹ ਪਤਾ ਹੀ ਨਹੀਂ ਕੌਣ ਕਿੱਥੋਂ ਆਇਆ ਉਹਦੇ ਸੱਦੇ 'ਤੇ ਉਹ ਲੋਕ ਆ ਜਿਨ੍ਹਾਂ ਦੇ ਸਿਰ 'ਚ ਸਮਾਨ ਹੈਗਾ ਆ ਜਿਹਨਾਂ ਨੂੰ ਸੱਚ ਦੀ ਪਛਾਣ ਕਰਿਆਨੇ ਵਾਲੇ ਕੋਲ ਸੋਨਾ ਲੈ ਜਾਓ ਕਹਿੰਦਾ ਜੀ ਇਹ ਕੀ ਹੈ ਮੈਨੂੰ ਪਤਾ ਨਹੀਂ ਸੋਨਾ ਆ ਕਿ ਪਿੱਤਲ ਆ ਪਰ ਜੌਹਰੀ ਦੀ ਹੱਟੀ 'ਤੇ ਲੈ ਜਾਓ ਉਹ ਜਦੀ ਵੱਟੀ ਕਸਵੱਟੀ ਲਾ ਕੇ ਦੱਸ ਦਿੰਦਾ ਵੀ ਇਹਦੇ 'ਚ ਇੰਨੇ ਪਰਸੈਂਟ ਮਲਮਾ ਹੈ ਅਤੇ ਇੰਨੇ ਪਰਸੈਂਟ ਪਿਓਰਿਟੀ ਹੈ ਇਹ ਸਾਰੇ ਪਿਓਰਿਟੀ ਪਰਖਣ ਵਾਲੇ ਸੱਜਣ ਆਏ ਹੋਏ ਆ ਜੀ ਪਹਿਲਾਂ ਪ੍ਰਧਾਨ ਜੀ ਬਾਹਰ ਆਉ ਜੈਸੀ ਡਾਇਰੈਕਸ਼ਨ ਪਾਰਟੀ ਕਰੂੰਗੀ ਮੈਂ ਤਾਂ ਤੁਹਾਨੂੰ ਪਹਿਲਾਂ ਕਿਹਾ ਵੀ ਮੈਂ ਕੀ ਆ ਮੈਂ ਤਾਂ ਸੜਕ 'ਤੇ ਪਿਆ ਇੰਨਾ ਕਿ ਮਿੱਟੀ ਦਾ ਮਿੱਟੀ ਆ ਰੋੜਾ ਨਹੀਂ ਪਾਰਟੀ ਸਰਬਸੰਮਤੀ ਨਾਲ ਸਾਡੀ ਪਾਰਟੀ ਦੀ ਇੱਕ ਮਰਿਆਦਾ ਆ ਕਿ ਅਸੀਂ ਛੋਟੇ ਤੋਂ ਲੈ ਕੇ ਵੱਡੇ ਤੱਕ ਜਿੰਨੇ ਮੀਟਿੰਗ 'ਚ ਆਉਂਦੇ ਆ ਪਹਿਲਾਂ ਉਹਨਾਂ ਦੇ ਵਿਚਾਰ ਸੁਣਦੇ ਹਾਂ
ਫਿਰ ਉਹਨਾਂ ਨਾਲ ਰਾਏ ਮਸ਼ਵਰਾ ਕਰਦੇ ਹਾਂ ਫਿਰ ਫੈਸਲਾ ਪਾਰਟੀ ਆਮ ਆਦਮੀ ਪਾਰਟੀ ਨਾਲ ਪਹਿਲਾਂ ਤਾਂ ਲੈਸ ਰਿਹਾ ਵਾ ਉਸ ਤੋਂ ਬਾਅਦ ਲੈਸ ਟੁੱਟਦਾ ਥੋੜਾ ਲੈਸ ਦਾ ਆਪਣਾ ਲੋਕ ਸਭਾ ਚੁਣਨ ਲੱਗ ਲੱਗ ਰਿਹਾ ਇਹ ਜਿਹੜੀ ਰਾਜਨੀਤੀ ਹੈ ਨਾ ਇਹ ਟੁੱਟਣ ਤੇ ਜੁੜਨ ਦਾ ਨਾਂ ਹੀ ਰਾਜਨੀਤੀ ਜਿਹੜੀ ਰਾਤ ਨੂੰ ਦੇ ਜਿਹੜੇ ਬਾਹਲੇ ਸਕੇ ਹੁੰਦੇ ਆ ਨਾ ਉਹ ਰਾਤ ਨੂੰ ਇੱਕ ਥਾਲੀ 'ਚ ਰੋਟੀ ਖਾ ਕੇ ਜਾਂਦੇ ਆ ਸਵੇਰੇ ਪਤਾ ਲੱਗਦਾ ਵੀ ਕਾਇਦਾ ਹੁੰਦਾ ਚੱਲਿਆ ਗਿਆ ਮੈਂ ਇੱਕ ਬੇਨਤੀ ਹੋਈ ਕਰਦਾ ਹਾਲਾਤ ਜਿਹੜੇ ਆ ਅਜੇ ਕੁਛ ਕਹਿਣ ਵਾਲੇ ਨਹੀਂ ਕਿਉਂਕਿ ਮੈਂ ਤਾਂ ਪਾਰਟੀ ਦਾ ਛੋਟਾ ਜਿਹਾ ਸੇਵਾਦਾਰ ਮੇਰੇ ਕਹਿਣ ਦੀ ਗੱਲ ਪਾਰਟੀ ਨੇ ਫੈਸਲਾ ਕਰਨਾ ਜੋ ਫੈਸਲਾ ਪਾਰਟੀ ਦਾ ਲੱਗਦਾ ਕਿ ਇੱਕ ਸਾਲ ਲਗਭਗ ਹੋਣ ਵਾਲਾ ਸਰਕਾਰ ਨਵੀਂ ਬਣੀ ਹੋਈ ਕਹਿੰਦੇ ਕਿ ਬਦਲਾਅ ਆਇਆ ਜਾਂ ਸਰਕਾਰ ਦਾ ਵੀ ਕਰਦੀ ਹੈ ਕੰਮ ਹੋ ਰਹੇ ਨੇ ਸਾਨੂੰ ਕੀ ਲੱਗਦਾ ਕਿ ਸਾਲ ਦਾ ਸਮਾਂ ਲਗਭਗ ਹੋ ਗਿਆ ਸਰਕਾਰ ਵੱਲੋਂ ਕਿਸ ਤਰ੍ਹਾਂ ਕੰਮ ਅੱਜ ਵੀ ਧਮਕੀ ਆਈ ਹੈ ਬਦਲਾਅ ਦੀ ਨਿਸ਼ਾਨੀ ਹੁਣ ਤਾਂ ਬਾਹਰ ਆ ਜਾਣਾ ਹੁਣ ਦੇਖਾਂਗੇ ਤੈਨੂੰ ਕੌਣ ਕੌਣ ਫਿਰ ਕਹਿੰਦਾ ਜਿਸ ਦਾ ਸਾਹਿਬ ਡਾਂਡਾ ਹੋਏ ਉਸ ਤੋਂ ਮਾਰਨਾ ਸਾਥੀ ਅਸੀਂ ਹੋਏ ਪਰ ਜੋ ਕੁਛ ਸਰਕਾਰ ਆ ਉਹ ਤੁਸੀਂ ਇੱਕ ਮੀਡੀਆ ਬੁਰਾ ਨਾ ਬਣਾਇਓ ਐਗਜ਼ਾਮਪਲ ਆ ਇੱਕ ਮੀਡੀਆ ਅਤੇ ਇੱਕ ਮੰਗਤੇ ਇਹ ਗਲੀ ਗਲੀ ਜਾਂਦੇ ਆ ਇਹਨਾਂ ਨੂੰ ਏ ਟੂ ਜੈੱਡ ਸਾਰੀ ਗੱਲ ਦਾ ਗਿਆਨ ਹੁੰਦਾ ਤੁਸੀਂ ਮੇਰੇ ਨਾਲੋਂ ਬਿਹਤਰ ਜਾਣਦੇ ਹੋ ਮੇਰੇ ਤੋਂ ਕਹਾਵੇ ਨੂੰ ਕਿਉਂ ਜੋ ਹਾਲਾਤ ਨੇ ਕਹਿਣੀਆਂ ਬਹੁਤ ਸੌਖੀਆਂ ਨੇ ਜੇ ਬੀਬੀਆਂ ਘਰਾਂ 'ਚ ਬੈਠੀਆਂ ਉਹ ਪੈਨਸ਼ਨ ਦੀ ਉਡੀਕ ਕਰਦੀਆਂ ਪੈਸੇ ਆਉਣੇ ਅਤੇ ਇੰਡਸਟਰੀ ਕਿਵੇਂ ਚੱਲੂਗੀ ਬਿਜਲੀ ਬੋਰਡ ਕਹਿੰਦਾ ਮਹੀਨੇ ਦਾ ਕੋਲਾ ਰਹਿ ਗਿਆ ਛੁੱਟੀ ਹੋ ਜਾਣੀ ਹੈ ਉਹ ਬੋਲ ਜਾਣਾ ਬਲੈਕਆਊਟ ਹੋ ਜਾਣਾ ਇਹ ਤਾਂ ਹੁਣ ਪਰਮੇਸ਼ਰ ਰਹਿਮਤ ਕਰੇ ਮੰਤਰੀ ਸਾਹਿਬ ਕਹਿੰਦੇ ਆ ਕਿ ਬਿਜਲੀ ਦੀ ਕੋਈ ਕਮੀ ਨਹੀਂ ਆਉਂਦੀ ਆਹ ਜੇ ਮੰਤਰੀ ਸਾਹਿਬ ਕਹਿੰਦੇ ਆ ਮੈਂ ਮੰਨ ਲੈਂਦਾ ਜੀ ਆਪਾਂ ਸਾਰਿਆਂ ਨੇ ਮੰਨ ਕੇ ਹੀ ਸਰਕਾਰ ਬਣਾਈ ਆ ਜੋ ਕੁਛ ਉਹਨਾਂ ਨੇ ਕਿਹਾ ਸੀ ਜੀ ਹਜੇ ਤਾਂ ਉਹ ਜਿਵੇਂ ਫਿਲਮ ਆਉਣ ਤੋਂ ਪਹਿਲਾਂ ਟ੍ਰੇਲਰ ਦੇ ਪੋਸਟਰ ਜੇ ਛਪੇ ਹੁੰਦੇ ਆ ਨਾ ਸਭ ਤੋਂ ਪਹਿਲੀ ਸਰਗਰਮੀ ਕੀ ਹੋਊਗੀ ਬਾਹਰ ਸਭ ਤੋਂ ਪਹਿਲਾਂ ਮੀਟਿੰਗ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਜਾਣਗੇ ਸੀ ਉੱਥੋਂ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੀ ਅਸੀਸ ਲੈ ਕੇ ਫਿਰ ਦੂਜਾ ਸੈਕੰਡਰੀ ਕੰਮ ਹੋਊਗਾ ਪਾਰਟੀ ਦੀ ਮੀਟਿੰਗ ਪਹਿਲਾਂ ਗੁਰੂ ਰਾਮਦਾਸ ਮੰਦਰ ਸਾਹਿਬ ਇੱਥੇ ਜਾਣਾ ਸਿੱਧਾ ਨਹੀਂ ਉਹ ਕਹਿੰਦੇ ਮੈਂ ਪਹਿਲਾਂ ਆਪਣੀ ਮਾਂ ਧੰਨਵਾਦ ਬਲਵਿੰਦਰ ਸਿੰਘ
चल चल आजा बैठ जा। हाँ तो भाई पीछे बहुत है। गाड़ियां उधर खड़ी हैं। ओ देखा जाम लग गया सारा। ये टक्कर हो गाड़ियां जा रही हैं। ओ ये टक्कर Thank you.
ਔਰ ਅਕੋਰਡਿੰਗ ਟੂ ਜੇਲ ਮੈਨੂਅਲ ਕਿ ਅੰਦਰ ਬੰਦੀ ਤੇ ਕੈਦੀਆਂ ਨੂੰ ਹਾਈ ਮਾਰਕੀ ਲੋਕ ਨਹੀਂ ਕਰਦੇ ਜਿਹੜਾ ਕਿ ਏਰੀਆ ਦਾ ਹੈ बंदी सिंह जिन्होंने अपनी सजावं पूरियां करने तो बाद 22-25 साल कटे आ अज भी जेलों से बैठे उन्होंने छुड़ाने वास्ते रिहाई वास्ते मोर्चा चल रहा है। इधर गुरु ग्रंथ साहब का अपमान करने वाले लोगों को सजावं दवाने वास्ते भक्का मोर्चा लगे हुआ है। पार्टी जिहड़ी विधानसभा इलैक्शन के झुटकियां बजाउंदी सी झुटकियां भी असीं आउंदे सार फड़के दोषी अंदर दे देंगे। इतने लॉ एंड आर्डर सिद्धू मूसेवाला जिले पंजाब का खजाना खाली है। तुम रोज फुल पेज इश्तहार दे जाओ अल्टीमेटली साढ़े ही लोगों के तुहाडे मेरे ही है टैक्स के रूप से दिता हुआ धन है। अज दिल्ली तो पंजाब का वक्त जा रहा पानी पंजाब गवर्नमेंट क्यों नहीं क्लेम करता है? जे दिल्ली की सरकार हिमाचल को लैके पानी की कीमत दे सकती है हिमाचल में फिर पंजाब का लिया हुआ पानी वो कीमत क्यों नहीं दे सकती गवर्नमेंट साड़ी स्टेट? तो मैं डिमांड करूँगा मैं लोगों को ये इंश्योर करना कि हम पैसे देने की लोड़ नहीं ਲੰਗ ਜਾ ਕੇ ਸਰਕਾਰੀ ਦਫ਼ਤਰਾਂ 'ਚ ਜਾ ਕੇ ਆ ਗਿਆ ਵਾਚਮੈਨ ਕੋਲ